ਗੁਰੂ ਨਗਰੀ ਵਿੱਚ ਬੀਤੀ ਰਾਤ ਵਾਪਰੀ ਲੁੱਟ ਦੀ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਬੀਤੀ ਰਾਤ ਗੁਰੂ ਬਾਜ਼ਾਰ ਵਿੱਚ ਤਿੰਨ ਅਣਪਛਾਤੇ ਲੁਟੇਰਿਆਂ ਨੇ ਇੱਕ ਸੁਨਿਆਰੀ ਦੁਕਾਨ ਤੇ ਇੱਕ ਕਾਰੀਗਰ ਨੂੰ ਜ਼ਖਮੀ ਕੀਤਾ ਤੇ 33 ਲੱਖ ਦੇ ਸੋਨੇ ਤੇ 2 ਲੱਖ ਨਗਦ ਲੁੱਟ ਕੇ ਆਰਾਮ ਨਾਲ ਚੱਲਦੇ ਬਣੇ। ਇਸ ਘਟਨਾ ਦੇ ਵਿਰੋਧ ਵਿੱਚ ਗੁਰੂ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ ਗਿਆ। ਸੀਸੀਟੀਵੀ ਕੈਮਰੇ ਹੁਣ ਅਸੀਂ ਗੁਰੂ ਬਾਜ਼ਾਰ ਸਾਰਿਆਂ ਨੂੰ ਕਿਹਾ ਤਾਂ ਜਿਹੜਾ ਬੰਦ ਆ ਅਸੀਂ ਅੱਜ ਉੱਠ ਕੇ ਅਪੀਲ ਕੀਤੀ ਵੀ ਸਾਰੇ ਆਪਣੀਆਂ ਦੁਕਾਨਾਂ ਖੋਲ੍ਹ ਆਪਣਾ ਕਾਰੋਬਾਰ ਦੇਖਣ। ਜਿਹਨੇ ਜਿਹਨੇ ਦੇ ਫੋਟੋ ਸੀਸੀਟੀਵੀ ਕੈਮਰੇ ਬਾਹਰ ਲੱਗੇ ਆ ਉਹਨਾਂ 'ਚ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮੰਗ ਕੀਤੀ ਆ ਗਏ ਆਪਣੇ ਚੈੱਕ ਕਰਨ, ਜਿੱਥੇ ਇੱਥੇ ਜੋ ਕਲੂ ਮਿਲਦਾ ਆਪਣੀ ਪੈਨ ਡਰਾਈਵ ਦੇ 'ਚੋਂ ਆਪਣੀ ਰਿਕਾਰਡਿੰਗ ਪਾ ਲੈਣ। ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ ਪੁਲਿਸ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੀ ਆ। ਸਾਨੂੰ ਉਮੀਦ ਆ ਵੀ ਸਾਡੇ ਪੰਜਾਬ ਪੁਲਿਸ ਜਿਹੜੇ ਅੰਮ੍ਰਿਤਸਰ ਦੀ ਆ ਉਹ ਸਾਡੇ ਨਾਲ ਪੂਰਾ ਸਹਿਯੋਗ ਕਰਕੇ ਜਿਹੜੀ ਚੋਰੀ ਵੱਧ ਤੋਂ ਵੱਧ ਜ਼ੋਰ ਲਾ ਕੇ ਰਿਕਵਰੀ ਸਾਨੂੰ ਕਰਾ ਕੇ ਦੇਣ। ਇਹਦੇ ਵਿੱਚ ਅਸੀਂ ਪਲੈਨ ਆਊਟ ਪਹਿਲਾਂ ਵੀ ਗੁਰੂ ਬਾਜ਼ਾਰ ਦਾ ਕਾਫੀ ਵਾਰੀ ਹੋਇਆ ਵਾ, PCR ਵਗੈਰਾ ਇੱਥੇ ਰਹਿੰਦੀ ਆ, ਪਰ ਕੱਲ੍ਹ ਇੰਸੀਡੈਂਟਲੀ ਆਮ ਤੌਰ 'ਤੇ 7:30 ਵਜੇ ਬਾਜ਼ਾਰ ਬੰਦ ਹੋ ਜਾਂਦਾ ਅਤੇ 8:15 ਤੱਕ ਦੁਕਾਨ ਖੁੱਲ੍ਹੀ, ਇਸ ਕਰਕੇ ਇੱਥੇ ਟਾਰਗੇਟ ਹੋਇਆ ਅਤੇ ਆਪਾਂ ਕਰ ਰਹੇ ਹਾਂ। ਸਾਰਾ ਪਲੈਨ ਆਊਟ ਕੀਤਾ ਹੋਇਆ, PCR ਆ, ਬਾਕੀ ਹੋਰ ਫੋਰਸ ਆ, ਵੱਖਰੇ ਵੱਖਰੇ ਜੋ ਇਹਨਾਂ ਦੇ ਐਂਟਰੀ ਪੁਆਇੰਟ ਨੇ, ਐਗਜ਼ਿਟ ਪੁਆਇੰਟ ਨੇ, ਉਹਨਾਂ 'ਤੇ ਫੋਰਸ ਲਗਾਵਾਂਗੇ, ਸਭ ਕੁਛ ਕਰਾਂਗੇ, ਬਿਲਕੁਲ ਸਿਕਿਉਰਿਟੀ ਹੋਏਗੀ, ਇਹੋ ਜਿਹੀ ਵਾਰਦਾਤ ਅੱਗੇ ਨਹੀਂ ਹੋਏਗੀ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।